ਸਾਰੀ ਕੁਛ ਖਬਰ ਹੋ ਜਾਊਗੀ ਮਾਜੇ, ਮੈਂ ਆਪਾਂ ਕਿਉਂ ਡਿਸਟਰਬ ਕਰਨਾ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ, ਛੱਡੋ ਬੱਚਾ ਔਰ ਕੋਈ ਕੁੱਕ ਵੈ। ਇਹ ਆਪਣੀ ਰਾਣੀ ਦੀ ਜਿਹੜੀ ਆਪਾਂ ਪਹਿਲੀ ਸਫਾਈ ਆ ਉਹ ਸ਼ੁਰੂ ਕਰਤੀ। ਸੰਦੀਪ ਸਾਂਗਵਾਨ ਇਸ ਵਾਕਿੰਗ ਬਾਟ ਸਵਾ ਸੌ ਬੰਦਾ ਆਪਣੇ ਨਾਲ ਜੁੜ ਗਿਆ। ਵਿਸ਼ਾਲ ਚੌਧਰੀ ਜੀ ਚਲੋ ਤੁਸੀਂ ਉੱਧਰ ਹੀ ਲਾਈ ਰੱਖੋ। ਸ਼ਰਮਾ ਸੰਦੀਪ ਜੀ, ਰਾਮਦਾਮ ਜੀ, ਚੌਧਰੀ ਸਾਹਿਬ, ਵਿਸ਼ਾਲ ਜੀ 150 ਤੁਹਾਡੇ ਨਾਲ ਕਿੰਨੇ ਛੱਬੀ ਔਰ ਹਰਪ੍ਰੀਤ ਸਿੰਘ ਜੀ, ਇਹ ਆਪਣੀ ਜਿਹੜੀ ਮੱਝ ਹੈ ਗੁਜਰਾਤ ਵਾਲੀ, ਇਹ ਦੇਖੋ ਜੀ ਨਾਲ ਕੰਪਨੀ ਨੂੰ ਲਿਆਉਂਦੀ। ਕਿਰਤ ਪਟੇਲ ਜੀ, ਸਰਪੰਚ ਸਾਹਿਬ ਗੁਜਰਾਤੀ ਭਾਈ ਜੀ, ਰਾਮ 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 ਜੀ, ਕੇਮ ਸ਼ੋ ਮਜ਼ਾ ਮੈਂ ਔਰ ਰਜਿੰਦਰ ਵਰਮਾ ਜੀ, ਸਿੰਘ ਅਭੀ ਜੀ ਔਰ ਕੁਲਦੀਪ ਸਿੰਘ, ਮਾਹੂ ਜੀ ਹੈਗੇ ਆ, ਰਾਮੂ ਚੌਧਰੀ, ਮਨਪ੍ਰੀਤ ਮਾਨ ਵੀ ਹੈਗੇ ਆ, ਪ੍ਰਕੇਸ਼ ਜੀ, ਗੁਰਦੀਪ ਭੁੱਲਰ ਜੀ, ਅੰਮ੍ਰਿਤਪਾਲ ਜੀ ਔਰ ਪਿੰਕੂ ਜੀ, ਰਾਜ ਕੁਮਾਰ ਜੀ, ਮਨਜੀਤ ਜੀ, ਰਮਨ ਲਵਾਨਾ ਜੀ, ਤੁਵਾਨਾ ਦੇਵੀ ਖਾਨ, ਅੰਮ੍ਰਿਤਪਾਲ ਅੰਬੀ ਜੀ, ਜੈ ਜਵਾਨ ਜੈ ਕਿਸਾਨ, ਸ਼ੁਭਾ ਲਾਲ ਜੀ, ਪਟੇਲ ਸ਼ੰਕਰ ਜੀ, ਹਰਦੀਪ ਸਿੰਘ ਜੀ, ਜਗਪ੍ਰੀਤ ਜੀ। ਸੰਦੀਪ ਸਾਂਗਵਾਨ ਕਹਿੰਦਾ ਆਵਾਜ਼ ਤੇਜ਼ ਕਰੋ, ਆਵਾਜ਼ ਤੇਜ਼ ਕਰ ਦਿੰਦੇ ਤੁਸੀਂ ਬੜਾ ਨੇੜੇ ਨੇੜੇ ਤੁਹਾਡੇ ਨਾਲ ਤੁਹਾਡੇ ਵੀ ਸਾਰੀ ਗਰੀਬ ਆਉਂਦੇ ਹਨ। ਸੁਖਬੀਰ ਅੰਤਲ ਜੀ, ਸਤਿ ਸ਼੍ਰੀ ਅਕਾਲ, ਰਾਜਵੀਰ ਜੀ, ਸੁਖਦੇਵ ਜੀ, ਗੁਰਵਿੰਦਰ ਰਾਏ ਜੀ, ਕਿਰਤ ਪਟੇਲ ਜੀ, ਮਜ਼ਾ ਮੈਂ ਔਰ ਸੰਜੀਵ ਵਰਮਾ ਜੀ, ਸ਼ਿਰਾਨਜੀ ਪਵਾਰ ਜੀ, ਗੋਲਡੀ ਮਾਨੁਕੇ ਗਿੱਲ, ਰਾਜਵਿੰਦਰ ਬਰਾੜ, ਅਕਸ਼ੇ ਜੀ ਔਰ ਮਨਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਸੁਰੇਸ਼ ਜੀ, ਹੈਪੀ ਜੀ, ਮਹੇਸ਼ ਜੀ ਔਰ ਹਰਦੀਪ ਜੀ, ਥੈਂਕ ਯੂ, ਧਰਮਿੰਦਰ ਜੀ, ਬੂਟਾ ਨੰਬਰਦਾਰ ਜੀ, ਰਕੇਸ਼ ਜੀ, ਮਨਪ੍ਰੀਤ ਲਬਾਨਾ ਜੀ, ਮਨਜੀਤ ਜੀ, ਆਵਾਜ਼ ਨਹੀਂ ਆ ਰਹੀ ਥੋੜ੍ਹੀ। ਸਿੰਘ ਅਭੀ ਜੀ, ਸਵੇਰੇ 14,490 ਸੀਗਾ ਦੁੱਧ। ਸੇਠੀ ਜੀ, ਗੁਰਦੀਪ ਸਿੰਘ ਗਿੱਲ ਜੀ, ਪ੍ਰਵੇਸ਼ ਗੁੱਜਰ ਜੀ, ਦੀਨੂ ਪੂਨੀਆ ਜੀ, ਸਲੀਮ ਜੀ, ਕਿਸ਼ੋਰ ਬਧਾਨੀ ਜੀ, ਜਤਿੰਦਰ ਬੈਂਸ ਜੀ, ਪਟੇਲ ਸ਼ੰਕਰ ਜੀ, ਸਰਸ ਮੋਤੀ ਲਾਲ ਜੀ ਔਰ ਇਹ ਜੋ ਰਾਣੀ ਬਖੰਡੂ ਆਪਣੀ ਜਿਵੇਂ 2016 ਵਿੱਚ 26,357 ਮੁਕਤਸਰ ਦੇ ਮੇਲੇ ਵਿੱਚ ਦੁੱਧ ਕਰਕੇ ਰਿਕਾਰਡ ਬਣਾਇਆ ਸੀਗਾ ਔਰ ਜਿਹਦੇ ਤੁਸੀਂ ਬੋਲਿਆ ਸਿਕੰਦਰ ਔਰ ਦਾਰਾ, ਜਿਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਯੂਜ਼ ਕੀਤਾ ਔਰ ਹਜ਼ਾਰਾਂ ਦੇ ਘਰ ਹੀ ਬੱਚੇ ਆ ਗਏ
3 ਸਾਲ ਬਾਅਦ ਲਗਭਗ ਆਪਾਂ ਦੁਬਾਰਾ ਇਹਦੀ ਮਿਲਕਿੰਗ ਦਿਖਾ ਰਹੇ ਹਾਂ, ਕਿਉਂਕਿ ਉਹ ਟਾਈਮ ਕਾਫੀ ਹੋ ਗਿਆ ਔਰ ਅੱਜ ਕੱਲ੍ਹ ਲਾਈਵ ਦਾ ਜ਼ਮਾਨਾ ਚੱਲ ਗਿਆ। ਹਾਂਜੀ ਬੱਚਾ ਬੰਦ ਹੀ ਹੈ, ਜ਼ਿਆਦਾ ਦਾਰ ਲੈ ਗਈ ਹੱਥ ਲੈ ਰਹੀ ਹੈ। ਬੈਠ ਕੇ ਬੈਠ ਕੇ ਤੁਸੀਂ ਸਾਰੀ ਦਿਖਾਵਾਂਗੇ, ਤੁਸੀਂ ਬੈਠ ਕੇ ਬਣਾਓ ਕੋਈ ਗੱਲ, ਸਾਰਾ ਕੁਝ ਦੇਖੂਗਾ। ਗੁਰਜੀਤ ਸਿੰਘ ਭੁੱਲਰ ਜੀ ਕਹਿੰਦੇ ਫੀਮੇਲ ਜ਼ਿਆਦਾ ਆ ਰਹੀ ਹੈ, ਚਲੋ ਜੀ ਇਹ ਮੇਲ ਫੀਮੇਲ ਤਾਂ ਮੁਕੱਦਰਾਂ ਦੀ ਖੇਡ ਆ, ਚੱਲਦੀ ਰਹਿੰਦੀ ਹੈ। ਬਾਲਟੀਆਂ ਦੋਵੇਂ ਖਾਲੀ ਕਰਕੇ ਦਿਖਾਤੀਆਂ, ਪਾਣੀ ਵਾਲਾ ਡੱਬਾ ਵਾਪਿਸ ਲਿਆਂਦਾ। ਇਹ ਬਾਲਟੀ ਸਾਹਮਣੇ ਰੱਖ ਦਿੱਤੀ ਗਈ ਹੈ, ਔਰ ਰੱਬ ਦਾ ਨਾਮ ਲੈ ਕੇ ਇਹਨੂੰ ਪਾਸੇ ਕਰ ਦਿਓ, ਆਹ ਪਾਣੀ ਵਾਲਾ ਪਾਸੇ ਕਰ ਦਿਓ, ਪੂਰੇ ਕਰ ਦਿਓ ਇੱਧਰ ਪਿੱਛੇ ਲੈ ਜਾ। ਹਾਂ ਔਰ ਮਿਲਕਿੰਗ ਜਿਹੜੀ ਹੈਗੀ ਆ ਚਾਲੂ ਕਰ ਦਿੱਤੀ ਗਈ ਹੈ। ਕਿਰਤ ਪਟੇਲ ਜੀ ਸਿਕੰਦਰ ਨੇ 90% ਫੀਮੇਲ ਆਤੀ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਔਰ ਰਾਜਪ੍ਰੀਤ ਸਿੰਘ ਜੀ ਕਹਿੰਦੇ ਰਾਣੀ 2 ਦਾ ਮਿਲਕ ਨਹੀਂ ਦਿਖਾਇਆ ਜੀ, ਐਤਕੀ ਗੇੜੇ ਦਸ ਜੀ ਕਦੇ ਨਹੀਂ ਲੱਗਿਆ ਮੌਕਾ ਇਹ ਸਮਝ ਲਓ। ਔਰ ਜਿਵੇਂ ਇਹਦੀ ਵਾਰੀ ਆ ਗਈ ਉਹਦੀ ਵੀ ਆਜੂਗੀ ਜੀ, ਐਤਕੀ ਸਾਨੂੰ ਉਮੀਦ ਹੈ ਵੀ ਤੁਹਾਨੂੰ 7-8 ਮੱਝਾਂ ਦਾ ਇਸ ਸਾਲ ਦੇ ਵਿੱਚ ਦੁੱਧ ਦਿਖਾਵਾਂਗੇ। ਔਰ ਜੋ ਇਹ ਬਲੋਕ ਲੈਵਲ ਵਾਲਾ ਕੰਮ ਸ਼ੁਰੂ ਕੀਤਾ ਮਨਿਸਟਰ ਸਾਹਿਬ ਹੈ ਸਾਡੇ ਬਲਵੀਰ ਸਿੰਘ ਸਿੱਧੂ ਜੀ, ਬਹੁਤ ਹੀ ਚੰਗੇ ਆਦਮੀ ਹੈ, ਮਿਹਨਤੀ ਹੈ, ਕੁਛ ਕਰਕੇ ਦਿਖਾਉਣਾ ਚਾਹੁੰਦੇ ਆ। ਔਰ ਡਾਇਰੈਕਟਰ ਸਾਹਿਬ ਹੈ ਉਹਨਾਂ ਬਾਰੇ ਆਪਾਂ ਸਾਰੇ ਜਾਣਦੇ ਹੀ ਜਾਣਦੇ ਹਾਂ। ਔਰ ਚਾਲੂ ਕੀਤੀ ਹੈ ਤਾਂ ਹੁਣ ਇੱਥੇ ਇੱਕ ਓਪਰਚੁਨਿਟੀ ਮਿਲ ਜਾਂਦੀ। ਸਾਡਾ ਜੀ ਚੱਕ ਵੈਰੋ ਦਾ ਪਿੰਡ ਹੈ, ਤਹਿਸੀਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ। ਮਤਲਬ ਇਹ ਤਾਂ ਹੁਣ ਵਿਚਾਰੀ ਦਾਦੀ ਤਾਂ ਹਜ਼ਾਰਾਂ ਬੱਚਿਆਂ ਦੀ ਬਣ ਗਈ ਹੈ, ਔਰ ਹੁਣ ਗਾਂ ਪੜਦਾਦੀ ਬਣਨ ਵਾਲੀ ਹੈ, ਇਹਦੇ ਬੱਚੇ ਵੀ ਗਾਂ, ਇਹਦੇ ਬੱਚਿਆਂ ਦੇ ਜਿਹੜੇ ਝੋਟੀਆਂ ਵੀ ਗਾਂ, ਪੜਦਾਦੀ ਹੋ ਗਈ ਕਿ ਰਿਸ਼ਤੇਦਾਰੀ ਆਪਾਂ ਹੋਰ ਲਾਈ ਜਾਂਦੇ ਹਾਂ, ਔਰ ਸਾਰੀਆਂ ਸੁਣ ਲੱਗ ਜਾਣਗੀਆਂ।
ਲਗਭਗ ਇੱਕ ਸਾਲ ਦੇ ਵਿੱਚ ਅਸੀਂ ਮੰਨਦੇ ਹਾਂ ਵੀ 40-50 ਬੱਚੇ ਨਾਨੀ ਹੋ ਜੂ, ਨਾਨੀ ਹੋ ਜੂ 40-50 ਬੱਚੇ ਜਿਹੜੇ ਮਿਲਕਿੰਗ 'ਤੇ ਆ ਜਾਣਗੇ। 1.5 ਸਾਲ ਦੇ ਵਿੱਚ ਤੁਸੀਂ 1000 ਤੋਂ ਜ਼ਿਆਦਾ ਬੱਚਾ ਮਿਲਕਿੰਗ 'ਤੇ ਤੁਸੀਂ ਲਾ ਸਕਦੇ ਹੋ, ਔਰ 2 ਸਾਲ ਦੇ ਵਿੱਚ ਤਾਂ ਰੱਬ ਹੀ ਜਾਣਦਾ। ਔਰ ਰਾਮ ਸਿੰਘ ਭਾਈ ਰਾਜਪੂਤ, ਜੈ ਸਿੰਘ ਜੀ, ਜੈ ਸਿੰਘ ਭਾਈ ਆਪਣੇ, ਔਰ ਰੁਪਿੰਦਰ ਬਾਜਵਾ ਜੀ, ਜਿਵੇਂ ਜੈਸੇ ਹਮਨੇ ਪਹਿਲੇ ਵੀ ਜ਼ਿਕਰ ਕੀਆ ਥਾ, ਦੇਖੋ ਦੇਖੋ, ਔਰ ਮਤਲਬ ਹਮਾਰਾ ਇਹ ਮੰਤਵ ਹੈ ਕਿ ਦੂਜ ਜੋ ਵੀ ਹੋ, ਹਮਾਰਾ ਮੰਤਵ ਇਹੀ ਰਹੇਗਾ ਕਿ ਇਹ ਮਿਲਕਿੰਗ ਬਹੁਤ ਹੀ ਸਾਫ਼ ਸੁਥਰੀ, ਜਿਸ ਮੈਂ ਕੋਈ ਕੁਸ਼ਚਨ ਨਾ ਕਰ ਸਕੇ ਅਸੀਂ ਕਰਵਾਏ। ਵਿਸ਼ਾਲ ਚੌਧਰੀ ਜੀ, ਜਸਵੀਰ ਜੀ, ਵੇਟ ਕਰਦੇ ਹਾਂ ਜੀ, ਬਸ ਹੋਰ 5 ਮਿੰਟ 'ਚ ਆਪਣੇ ਸਾਹਮਣੇ ਰਿਜ਼ਲਟ ਆ ਜਾਣਾ ਪਹਿਲੀ ਮਿਲਕਿੰਗ ਦਾ। ਫਿਰ ਇਹ ਜਿਹੜੀ ਮਿਲਕਿੰਗ ਹੈ ਕੱਲ੍ਹ ਸੁਬਹਾ ਫਿਰ 6 ਵਜੇ ਚੱਲੇਗੀ ਜੀ, ਔਰ ਕੱਲ੍ਹ ਸ਼ਾਮ ਤੱਕ ਇਹ ਮਿਲਕਿੰਗ ਜਾ ਕੇ ਕੰਪਲੀਟ ਹੋਊਗੀ। ਜੋ ਵੀ ਦੁੱਧ ਹੋਊਗਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਜੂਗਾ। ਔਰ ਜਿਵੇਂ ਅਸੀਂ ਇਹ ਬਲੋਕ ਲੈਵਲ ਮਿਲਕਿੰਗ ਵੀ ਹੁੰਦੀ ਹੈ, ਬਲੋਕ ਲੈਵਲ ਜੋ ਮਿਲਕਿੰਗ ਵੀ ਹੋ ਰਹੀ ਹੈ, ਇਸਨੇ ਵੀ ਹਮਨੇ ਵੀ ਡਾਇਰੈਕਟਰ ਸਾਹਿਬ ਤੋਂ ਇਹੀ ਸਲਾਹ ਦੀ ਸੀ ਕਿ ਅਗਰ ਮੈਂਸ ਕੋਈ ਵੀ 24 ਸੇ ਪਲੱਸ ਜਾਤੀ ਹੈ ਉਸਕੀ ਬਾਕਾਇਦਾ ਜੋ ਹੈ ਰਿਕਾਰਡਿੰਗ ਹੋ, ਵੀਡੀਓ ਰਿਕਾਰਡਿੰਗ ਹੋ, ਔਰ ਉਸਕੀ ਇੱਕ ਕਾਪੀ ਹੈ ਜੋ ਡਿਸਟ੍ਰਿਕਟ ਹੈੱਡਕੁਆਰਟਰਸ ਪਰ ਰੱਖੀ ਜਾਏ, ਇੱਕ ਕਾਪੀ ਚੰਡੀਗੜ੍ਹ ਮੇਨ ਆਫਿਸ ਮੇਂ ਚਲੀ ਜਾਏ, ਔਰ ਕੱਲ੍ਹ ਕੋ ਅਗਰ ਉਸਕਾ ਕੋਈ ਬੁੱਲ ਆਤਾ ਹੈ, ਸਰਕਾਰ ਕੇ ਪਾਸ ਆਤਾ ਹੈ, ਕਿਸੀ ਪ੍ਰੋਜੈਕਟ ਮੇਂ ਆਤਾ ਹੈ, ਤੋ ਮਤਲਬ ਕਿਸਾਨੋਂ ਕੋ ਐਟਲੀਸਟ ਪਤਾ ਹੋ ਕਿ ਹਾਂ ਇਸਕੀ ਮਾਂ ਨੇ ਐਸੇ ਐਸੇ ਦੁੱਧ ਨਿਕਾਲਿਆ। ਔਰ ਇਸਕੇ ਬਿਨਾਂ ਜੈਸੇ ਦੇਖੋ ਪ੍ਰਾਈਵੇਟ ਕਾਂਟੇ ਹੋ ਜਾਤੇ ਹੈ, ਕਿਉਂਕਿ ਨਿਆ ਨਿਆ ਕਾਮ ਸ਼ੁਰੂ ਹੋਇਆ, ਔਰ ਜੋ ਕਾਂਟੇ ਵੀ ਐਟਲੀਸਟ ਤੋਲ ਕੇ ਹੀ ਕਰਨੇ ਚਾਹੀਏ, ਜੋ ਬੈਂਸ ਐਕਸਟਰਾਆਰਡਨਰੀ ਦੁੱਧ ਨਿਕਲਤੀ, ਕੋਈ 20-22-23-24 ਮਤਲਬ ਇਤਨੇ ਦੁੱਧ ਤੱਕ ਕੋਈ ਦਿੱਕਤ ਨਹੀਂ ਹੈ। ਲੇਕਿਨ ਅਗਰ ਬਾਈ ਦਾ ਬੈਂਸ ਕੋਈ 25+24+ ਜਾ ਰਹੀ ਹੈ, ਉਹ ਕਿਸਾਨ ਹੀ ਦੇਖੋ ਹਮੇ ਕੌਣ ਸੀ ਮਤਲਬ ਜ਼ਰੂਰਤ ਸੀ ਇਹ ਦਿਖਾਣੇ ਕੀ, ਹਮੇ ਕਿ ਇਹ ਦਿਖਾ ਰਹੇ ਹਾਂ ਕਿ ਹਮਾਰੀ ਮਿਲਕਿੰਗ ਫੇਅਰ ਹੋ, ਸਾਫ਼ ਹੋ, ਉਸ 'ਤੇ ਸਭ ਤਸੱਲੀ ਕਰੇ, ਨਹੀਂ ਤਾਂ ਸਲਾਹ ਦੇਣ ਵਾਲੇ ਤਾਂ ਮੇਰੇ ਪਾਸ ਵੀ ਥੇ। ਇੱਕ ਬੰਦੇ ਨੂੰ ਜਿਹੜਾ ਥੱਲੇ ਭਾਂਡਾ ਫੜਨਾ ਪੈਂਦਾ ਕਿਉਂਕਿ ਬਹੁਤ ਛੋਟਾ ਭਾਂਡਾ, ਔਰ ਮੁਝੇ ਵੀ ਕਿਸੇ ਬੰਦੇ ਨੇ ਸਲਾਹ ਦਿੱਤੀ ਕਿ ਯਾਰ 800 ਗ੍ਰਾਮ ਕਾ ਕਿਲੋ ਕਰਵਾ ਦਿਓ। ਮੈਂ ਕਿਹਾ ਜੀ ਇਹ ਫੀਲਡ ਐਸਾ ਹੈ, ਇਸਮੇ ਸ਼ਾਹੂਕਾਰੀ ਸੇ ਜੋ ਸਾਫ਼ ਸੁਥਰਾ ਕਾਮ ਕਰੇਗਾ ਵਹੀ ਚੱਲੇਗਾ, ਅੱਜ ਤੱਕ ਇਸਕੀ ਹਿਸਟਰੀ ਵੀ ਇਹੀ ਰਹੇ ਹੈ, ਟੀਟਿੰਗ ਵਾਲਾ ਬੰਦਾ ਯਹਾਂ ਪੇ ਨਿਕਲ ਨਹੀਂ ਸਕਤਾ, ਇਸੀ ਕਾਰਨ ਹੀ ਹਮਨੇ ਸਪੈਸ਼ਲ ਇਹ ਦੋ ਬਾਤ ਰੱਖੇ, 5 ਕਿਲੋ ਵਾਲਾ 2 ਕਿਲੋ ਵਾਲਾ ਤੋਲੇਂਗੇ, ਆਪਾਂ ਤੋਂ ਜਿਤਨਾ ਦਿਮਾਗ ਹੈ ਉਤਨੇ ਚਲਤੇ ਹੈ ਵੋ ਬਾਤ ਹੋ ਜਾਤੀ ਹੈ। ਔਰ ਜੋ ਕੋਈ ਵੀ ਫਾਰਮਰ ਕਰਤਾ ਹੈ ਨਾ ਮਿਲਕਿੰਗ ਐਕਸਟਰਾਆਰਡਨਰੀ ਕਰਤਾ, ਉਹ ਸਾਰੀ ਚੀਜ਼ਾਂ ਦਿਖਾਈ ਹੈ, ਉਸਨੇ ਉਸਕਾ ਤਾਂ ਨੁਕਸਾਨ ਹੀ ਕੋਈ ਨਹੀਂ ਹੈ ਜਬ ਉਸਨੇ ਸਾਫ਼ ਦੁੱਧ ਤੋਲਣਾ ਤਾਂ, ਔਰ ਲੋਕੋ ਕੀ ਫਰੀ ਕੀ ਵਾਹ ਵਾਹ ਔਰ ਤਸੱਲੀ ਹੈ।
और ये ब्लॉक लेवल जैसे 130 ब्लॉक में चल रही है हर महीने, तो कहाँ पे क्या हो रहा है, अगर कोई आती है ऐसी तो डॉक्टर्स को भी चाहिए एक कांटे की भी तसल्ली वीडियो में करवाएं, ताकि उसका 101% फेयर हो जाए, क्योंकि तो हमारे जैसे ही कई बार बोलने लग जाते हैं। हाँ जी, और ये चीज़ें ज़रूरी हैं। नापरी सिंह जी, माई फेवरेट लोकल, थैंक यू जी। और हम ये भी बता देना चाहते हैं कि ये 8वें ब्यांत की भैंस है, और दो तो बुल इसके मान लो बहुत ज़्यादा चल रहे हैं, जिनका सीमन काफ़ी ज़्यादा सारे इंडिया में लगा, कोई कोई सी स्टेट ही बची होगी जहाँ पे सीमन ना गया, और इतने इसने बच्चे हमें दिए हैं, और हमारे लिए तो जैसे हमारा काम चलाने वाली ये है भगवान जैसी है, और भगवान से तंदुरुस्त भी रखे, खुश भी रखने की हम भी कोशिश करते हैं, खुश रहती भी है, और ये लगभग 8वें ब्यांत की भैंस है, बुढ़ी भैंस आप मान सकते हैं, क्योंकि शरीर भी भारी है, भारी शरीर वाली भैंस, थोड़ा कटर भी देखो जो बड़ा है, ये जो बाल्टी पड़ी है ये इसके नीचे आ नहीं सकती, इसलिए छोटे बर्तन में दूध निकालना पड़ता है। और अब ये ज़माना है, आज दिखा रहे हैं इसकी माँ की मिल्किंग दिखा रहे हैं, तो आने वाले समय पे आपको ऐसे ही मान लो 50-100 तो कम से कम, इतना तो हमारा फ़र्ज भी बनता है, 50-100 कटड़ियों का तो एक बुल की हम दूध आपको ऐसे ही दिखाएंगे साफ सुथरा, और फिर DNA भी करवाएंगे। अब ज़माना आ जाएगा कटड़ियों से DNA वाला, और मान लो आगे भगवान की गोद में आके रिज़ल्ट क्या आना है, अच्छा आना है और बुलों का, लेकिन हम ये दिखा देंगे, हमारे पास इतनी कटड़ियाँ नोट है सिकंदर की, तो मेरे पास मेरे ख्याल 500 से ज़्यादा कटड़ी ऑन द रिकॉर्ड नोट पर है, जिनका ऑनर का नाम, उसके गांव का नाम, उसका मोबाइल नंबर सारा है, 12 की भी है, तो हिंदू की भी आ रही है। और ये सारी दिखाएंगे आपको, ये बता देंगे 10 किलो वाली भैंस से इसने कटड़ी ने इतना दूध दिया, 15 वाली से इतना दिया, 20 वाली से इतना दिया, 24 वाली से क्या दिया, और एक तस्वीर साफ हो जाएगी, भगवान भला करे अच्छे रिजल्ट आए, और बात ऐसी हो कि 50,000 वाली से 2-2.5-3-4 लाख वाली, 50,000 वाली भैंस से ऐसी कटड़ियाँ पैदा हों, और हमारा स्टेट है और हमारा देश है वो आगे बढ़े, किसान बचे, किसान को सुसाइड ना करना पड़े, और यही सारा कुछ चले, और देखते हैं दूर कितना होता है। बेचारी भीड़ भी है जहाँ खड़गी खड़गी, और हमारे जो गुजरात में है बफेलो ब्रीडर्स ऑफ गुजरात, उस पेज पे भी लगातार लाइव बने हुए हैं, एक कैमरा हमने आज यूट्यूब पे लक्ष्मी डेयरी फार्म के यूट्यूब चैनल पे वीडियो डाल दी थी सुबह वाली, ये शाम वाली भी साफ सुथरी वीडियो ज़रूर डालेंगे, और ये दूध मेरे ख्याल सारा निकल गया और बाल्टी में डाल लिया गया,
अंकल पहले तो इसे पहुंच दो अच्छी तरह बर्तन को इसी बाल्टी में, समझ रहे हो, फिर आगे चलेंगे। कैमरा लगातार बाल्टी से हम बनया रहेगा। सत श्री अकाल जी नवदीप बंदर जी। और अपने ओमवीर अंकल जी हैं, हरदम हमारे साथ खड़े हैं, कल ही शाम को यहाँ पे पहुँचे हैं और हर जगह हमारी हेल्प करते हैं। देखते हैं जी दूर कितना होता है, 14 प्लस होता है, 13 प्लस होता है, 12 प्लस होता है, 11 प्लस होता है, ये तो जाके कांटे पे पता लगेगा जी। और बाल्टी पे लगातार कैमरा बना हुआ है और ये बाल्टी रख ली गई है। बाल्टी और कांटे शॉट के पहले वो वाट दिखाएंगे आपको। बाल्टी और रेडी कर लो, साफ आएगा ना, बाल्टी और पास कर लो। हाँ ये बात, और ये वाट रखेंगे 5 किलो का। ये चीज़ ज़रूर कराया करो जिसकी एक्स्ट्रा दूध देती है, 4950, ठीक है जी। और 2 किलो का वाट, 1990, ठीक है जी। और अब ये बाल्टी खाली करके, खाली हाँ कैमरे में, हाँ ओके करके रख दी गई है, जीरो की जाएगी, जीरो कर दी गई है, होगी जीरो। अब ये दूध डाला जाएगा और लगातार जा रहा है वो तो। हाथ लगा ले इसके, यहाँ ऊपर टेक ले। बाल्टी साफ कर रहे हैं अच्छी तरह ताकि सारा का सारा दूध निकल जाए। जो 13 किलो 390 ग्राम पहली मिल्किंग का जो दूध हुआ, और ठीक है जी।